ਸਾਡੇ ਵਰਕਰਾਂ ਦੇ ਦਰਦ ਕੀਤੇ ਗਏ ਨੇ। ਇੱਕ ਤਾਂ ਸਰਪੰਚ ਹੈ ਸਾਡਾ ਬਹੁਪੁਰ ਤੋਂ ਲਹਿਰੀ ਸਿੰਘ, ਉਹਦੇ 307 ਦਾ ਪਰਚਾ ਦਰਜ ਕੀਤਾ ਹੈ। ਸਾਰੇ ਇਲਾਕੇ ਨੂੰ ਪਤਾ ਵੀ ਟੋਟਲ ਝੂਠਾ। ਜਿਹੜੇ ਬੰਦਿਆਂ ਨਾਲ ਝਗੜਾ ਸੀਗਾ ਉਸ ਬੰਦੇ ਦਾ ਜਿਹਦੇ ਸੱਟਾਂ ਵੱਜੀਆਂ, ਹਰਿਆਣੇ ਦੇ ਬੰਦਿਆਂ ਨਾਲ ਝਗੜਾ ਉਹਨਾਂ ਦਾ, ਅਤੇ ਉਹਨਾਂ ਨੇ ਕਾਂਗਰਸੀਆਂ ਦੇ ਕਹਿਣ 'ਤੇ ਝੂਠਾ ਨਾਂ ਲਹਿਰੀ ਸਿੰਘ ਦਾ ਰੱਖ ਕੇ ਉਹਨੂੰ ਜਿਹੜਾ ਹੈ ਇਹਨਾਂ ਨੇ ਫਸਾਉਣ ਦੀ ਚਾਲ ਚੱਲੀ। ਲਹਿਰੀ ਸਿੰਘ ਬਹੁਪੁਰ ਤੋਂ, ਉਹਦੇ 307 ਦਾ 326, 325, 324 ਸਾਰੇ ਪਰਚਾ ਜਿਹੜਾ ਹੈ ਟੋਟਲੀ ਨਜਾਇਜ਼ ਅਤੇ ਝੂਠਾ ਪਰਚਾ ਦਰਜ ਕੀਤਾ। ਅਤੇ ਦੂਜਾ ਪਰਚਾ ਉਹਨਾਂ ਨੇ ਸਾਡੇ ਉੱਥੋਂ ਨਰੇਸ਼ ਅਤੇ ਸੰਦੀਪ ਨੇ, ਦੋ ਮੁੰਡੇ ਆ ਖੜਾ ਬਨਾਰਸੀ ਤੋਂ ਨਰੇਸ਼, ਇਹਨਾਂ 'ਤੇ ਇਹ ਪਰਚਾ ਦਰਜ ਕੀਤਾ ਹੈ ਵੀ ਜੀ ਇਹਨਾਂ ਨੇ ਉਹਨੂੰ ਮਾੜਾ ਚੰਗਾ ਬੋਲੇ ਪਟਵਾਰੀ ਨੂੰ। ਜਿਹੜਾ ਪਟਵਾਰੀ ਹੈ ਸਭ ਤੋਂ ਕਰਪਟ ਪਟਵਾਰੀ, ਸਭ ਤੋਂ ਮਾੜਾ ਪਟਵਾਰੀ ਬਲਕਾਰ ਸਿੰਘ, ਉਹ ਬੰਦੇ 'ਤੇ ਦੋਸ਼ ਲਾਏ ਨੇ ਅਤੇ ਇਹਨਾਂ ਨੂੰ ਕਹਿੰਦਾ ਬੀਬੀ ਭੱਠਲ ਦੀ ਕੋਠੀ ਚਲੇ ਚਲੋ, ਮੈਂ ਤੁਹਾਡਾ ਪਰਚਾ ਮੈਂ ਕੈਂਸਲ ਕਰ ਲੈਣਾ। ਅਤੇ ਕੀ ਪਰਚੇ, ਜਿਸ ਦਿਨ ਕੋਈ ਇਹਨਾਂ ਨੇ ਉਹਨੂੰ ਕੋਈ ਗੱਲ ਨਹੀਂ ਹੋਈ, ਸਿਰਫ ਇੰਨਾ ਕਿਹਾ ਵੀ ਸਾਡੇ ਜਿਹੜੇ ਕਾਗਜ਼ੀ ਕਾਰਵਾਈ ਹੈ ਇਹ ਤਾਂ ਹੈ ਹੀ ਨਹੀਂ ਸੀਗਾ, ਨਰੇਸ਼ ਤਾਂ ਉੱਥੇ ਹੈ ਹੀ ਨਹੀਂ ਸੀ। ਦੂਜਾ ਬੰਦਾ ਸੀ ਉਹਨੇ ਸਿਰਫ ਇੰਨਾ ਕਿਹਾ ਸੀ ਵੀ ਤੂੰ ਸਾਡਾ ਕੰਮ ਕਿਉਂ ਨਹੀਂ ਕਰਦਾ, ਤੂੰ ਰੋਜ਼ ਕਦੇ ਕਹਿੰਦਾ ਨਵੇਂ ਫੀਡੇਵਿਟ ਲਿਆ ਦਿਓ, ਕਦੇ ਕੁਛ ਲਿਆ ਦਿਓ ਵੀ ਤੂੰ ਕੰਮ ਕਰਨਾ ਨਹੀਂ ਕਰਨਾ। ਉਹਨੇ ਕਿਹਾ ਵੀ 1,00,000 ਰੁਪਇਆ ਲੱਗੂਗਾ 7 ਮਹੀਨੇ ਪੈਂਡਿੰਗ 'ਤੇ, ਅਤੇ 1,00,000 ਰੁਪਇਆ ਉਹਨੇ ਦੇਣ ਤੋਂ ਜਵਾਬ ਤਾਂ ਕਹਿੰਦਾ ਮੈਂ 1,00,000 ਰੁਪਇਆ ਕਾਹਤੋਂ ਦੇਦਾ, ਮੇਰੇ ਕੋਲ ਕਿੱਥੋਂ, ਮੇਰੇ ਕੋਲ ਪੈਸੇ ਤਾਂ ਕਾਹਨੂੰ ਲੱਗਦੇ ਆ। ਉਹਨੇ ਝੂਠਾ ਪਰਚਾ ਦਰਜ ਕਰਾਤਾ ਵੀ ਮੈਨੂੰ ਮਾੜਾ ਚੰਗਾ ਬੋਲ। ਜੇ ਇਹ ਦੋਨੇ, ਇੱਕ ਤਾਂ FIR ਨੰਬਰ ਲਿਖ ਲਓ, 5/2 FIR ਨੰਬਰ 5/2018 ਦੀ ਮੂਣਕ, ਇੱਕ FIR ਨੰਬਰ 3/2018 ਦੀ ਖਨੌਰੀ, ਨਹੀਂ ਜਿਹੜੀ ਪਹਿਲਾਂ ਵਾਲੀ ਹੈ ਜਿਹੜੀ 307 ਵਾਲੀ ਹੈ ਉਹ ਹੈਗੀ ਖਨੌਰੀ ਦੀ, 3 ਨੰਬਰ ਖਨੌਰੀ ਦੀ। ਜਿਹੜੀ ਦੂਜੀ ਹੈ 353 ਅਤੇ 188 ਉਹ ਹੈਗੀ ਮੂਣਕ ਦੀ, ਅਤੇ ਇਹਨਾਂ ਦੀ ਇਨਕੁਆਇਰੀਆਂ ਤਾਂ ਲੱਗ ਗਈਆਂ। ਪਰ ਮੇਰੀ ਇਹੀ ਹੈ ਵੀ ਜੇ ਇਹਨਾਂ ਨੂੰ ਨਿਆਂ ਨਾ ਮਿਲਿਆ ਤਾਂ ਅਸੀਂ SSP ਦਾ ਜਿਹੜਾ ਹੈ ਦਫ਼ਤਰ ਨੂੰ ਆਉਂਦੇ ਦਿਨਾਂ ਦੇ ਵਿੱਚ ਉਹਨੂੰ ਘੇਰਾਂਗੇ, ਜੇ ਇਹਨਾਂ ਘਿਰਾਓ ਕਰਾਂਗੇ ਜੇ ਇਹਨਾਂ ਨੂੰ ਬੰਦਿਆਂ ਨੂੰ ਨਿਆਂ ਨਾ ਮਿਲਿਆ, ਅਤੇ ਪਰਚੇ ਕੈਂਸਲ ਹੋਣੇ ਚਾਹੀਦੇ। ਸਰ, ਕਰਜ਼ਾ ਮਾਫ਼ੀ ਦਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਅਹਿਮ ਆ ਜੀ ਕਿਸਾਨਾਂ ਦਾ, ਉਹਦੇ ਬਾਰੇ ਜਿਹੜੀਆਂ ਖਾਮੀ ਹੈ ਜੀ, ਮਤਲਬ ਕਿਵੇਂ ਦੋਸ਼ ਲੱਗ ਰਹੇ ਸਰਕਾਰ 'ਤੇ? ਪਹਿਲਾਂ ਦਾ ਇਹਨਾਂ ਨੇ ਪਿੱਕ ਐਂਡ ਚੂਜ਼ ਕੀਤੀ ਹੈ, ਫਿਰ ਪੋਲਿਸੀ ਗਲਤ ਹੈ ਵੀ ਜਿਹੜੇ ਬੰਦੇ 'ਤੇ ਵੱਧ ਕਰਜ਼ਾ ਹੈ ਉਹਨੂੰ ਬਿਲਕੁਲ ਹੀ ਛੱਡਤਾ। ਚਲੋ ਇਹ ਹੁੰਦਾ ਵੀ ਯਾਰ ਇੰਨੇ ਤੱਕ ਦਾ ਅਸਾਂ ਮਾਫ਼ ਕਰਨਾ, ਉਹ ਤਾਂ ਗੱਲ ਸਮਝ ਆਉਂਦੀ ਹੈ। ਇਹਨੇ ਕਿਹਾ ਵੀ ਜੇ 2,00,000 ਤੋਂ ਉੱਤੇ ਦਾ ਕਰਜ਼ਾ ਲਿਆ 5 ਏਕੜ ਥੱਲੇ ਆਣੇ, ਫਿਰ ਉਹਨੂੰ ਮਾਫ਼ੀ ਉਹਦੀ ਹੈ ਹੀ ਨਹੀਂ, ਜਮੀ ਨਹੀਂ ਹੈ। ਜਿਹੜੀ ਆ ਉੱਥੇ ਸਿਰਫ ਘੱਟਾ ਪਾਉਣ ਚੁੱਕਾ ਹੈ, 78,000 ਕਰੋੜ 'ਚੋਂ 740 ਕਰੋੜ ਰੁਪਏ ਸਮਾਪਤ ਕੀਤੇ। ਇੱਕ ਇਹ ਕਹਿ ਰਹੀ ਵੀ ਅਸੀਂ 428 ਮੁੱਦਿਆਂ 'ਚੋਂ, ਮਸਲਿਆਂ 'ਚੋਂ ਜਿਹੜੇ ਮਤਲਬ ਲਾਣੇ ਸੀ ਇਹਨਾਂ ਨੇ ਜੀ, ਵੀ 125 ਕਹਿੰਦੇ ਵਾਅਦੇ ਪੂਰੇ ਕਰਤੇ 428 'ਚੋਂ ਜੀ, ਕਿਹੜੇ ਵਾਅਦੇ ਪੂਰੇ ਕਰਤੇ? ਉਹਦੇ ਬਾਰੇ ਚੋਣਾਂ ਦੌਰਾਨ ਜਿਹੜੇ 428 ਵਾਅਦੇ ਅਸੀਂ ਕਿਹਾ ਸੀ ਵੀ 125 ਪੂਰੇ ਕਰਦੇ, ਉਹਦੇ ਬਾਰੇ ਆਪ ਜੀ ਦੱਸੋ ਤੁਸੀਂ ਕਿਹੜੇ ਵਾਅਦੇ? ਉਹਦਾ ਅਖਬਾਰ 'ਚ 125 ਕਹਿੰਦੇ ਪੂਰੇ ਕਰਦੇ, ਆਪ ਜੀ ਦੱਸੋ ਵੀ ਕਰੇ ਨੇ ਜਾਂ ਨਹੀਂ ਕਰੇ ਜਾਂ ਝੂਠ ਹੈ ਸੱਚੇ? ਸਾਰਾ ਝੂਠ ਹੈ, ਹੁਣ ਝੂਠ ਤੁਹਾਨੂੰ ਦੱਸ ਦਿੰਦਾ। ਕਹਿੰਦੇ ਵੀ ਕੋਪਰੇਟਿਵ ਐਕਟ ਦੇ ਅੰਡਰ ਕਿਸਾਨ ਦੀ ਕੁਰਕੀ ਨਹੀਂ ਹੋਊਗੀ, ਜੇ ਅਸੀਂ ਲਾਗੂ ਕਰਤਾ 1985 ਦੇ ਤਹਿਤ ਤੋਂ ਬਾਅਦ ਪੰਜਾਬ ਸਰਕਾਰ ਨੇ 1985 ਦੇ ਵਿੱਚ ਉਸ ਕਾਨੂੰਨ ਨੂੰ ਵੈਸੇ ਹੀ ਰਿਡੰਡੈਂਟ ਕਰਤਾ ਸੀ ਵੀ ਇਹ ਕਾਨੂੰਨ 'ਤੇ ਕੋਈ ਐਕਸ਼ਨ ਨਹੀਂ ਹੋਊਗਾ, ਮੇਰਾ ਝੂਠ। ਪਰ ਕਹਿੰਦੇ ਵੀ ਅਸੀਂ ਲਾਲ ਬੱਤੀਆਂ ਲਾਭ ਕੇ ਆ 2-3 ਚੀਜ਼ਾਂ ਦਾ, ਕਹਿੰਦੇ ਹੁਣ ਤੱਕ 125 ਤਾਂ ਗੱਲ ਹੀ ਨਹੀਂ ਹੈਗੀ, 125 ਮੇਰਾ ਝੂਠ ਹੈ ਨਾ। ਉਹਦਾ ਇੱਕ ਗੱਲ ਹੈ, ਉਹਦਾ ਇੱਕ ਅਸੀਂ ਤਾਂ ਕਹਿੰਦੇ ਬਾਕੀ ਕੋਈ ਨਾ ਪੂਰੀ ਕਰੋ, 3 ਪੂਰੀਆਂ ਕਰ ਦਿਓ,
ਕਿਸਾਨਾਂ ਦਾ ਕਰਜ਼ਾ ਮਾਫ ਜਿਹੜੇ ਵੱਡੇ ਵਾਅਦੇ ਉਹਨੇ ਕੀਤੇ ਨੇ, ਘਰ ਘਰ ਦੇ ਵਿੱਚ ਨੌਕਰੀ ਅਤੇ ਮੁੰਡਿਆਂ ਨੂੰ ਸਾਰਿਆਂ ਨੂੰ ਸਮਾਰਟਫੋਨ, ਇਹ ਤਿੰਨ ਵਾਅਦੇ ਪੂਰੇ ਕਰ ਦੇਣ। ਸਾਨੂੰ ਤਾਂ ਕੋਈ ਹੋਰ ਸਾਨੂੰ ਤਾਂ ਵਾਅਦੇ ਨਹੀਂ ਅਸੀਂ ਚਾਹੁੰਦੇ। ਦੇਖੋ ਸਰ, ਜਿਹੜਾ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਨੇ ਪ੍ਰੈਸ ਕਾਨਫਰੰਸ ਕਰੀ ਸੀ, ਦੋ ਤਿੰਨ ਦਿਨ ਹੋ ਗਏ ਜੀ। ਉਹ ਕੋਰਟ ਦਾ ਅੰਦਰੂਨੀ ਮਸਲਾ ਹੈ, ਮੈਂ ਉਹਦੀ ਟਿੱਪਣੀ ਨਹੀਂ ਕਰਨਾ ਚਾਹੁੰਦਾ। ਕੋਰਟ ਨੇ ਦੇਖਣਾ ਕਿਵੇਂ ਹੈਂਡਲ ਕਰਨਾ। ਹੋਰ ਕੋਈ ਵਿਸ਼ੇਸ਼ ਜੀ ਕੋਈ ਅੱਜ ਹੀ ਕਹਿਣਾ ਚਾਹੋ? ਬਸ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦਾ ਪਰਦਾਫਾਸ਼ ਕਰਨ ਵਾਸਤੇ ਫਰਵਰੀ ਤੋਂ ਬਾਅਦ ਫਿਰ ਫਰਵਰੀ 'ਚ ਮੁਹਿੰਮ ਸ਼ੁਰੂ ਕਰੇਗੀ। ਜਿਹੜੇ ਉਹਨਾਂ ਦੇ ਹਰ ਫੈਸਲੇ ਦਾ ਪਰਦਾਫਾਸ਼ ਕਰਾਂ ਜੀ। ਅੱਜ ਮੀਟਿੰਗ ਦਾ ਏਜੰਡਾ ਜੀ ਉਹ ਆਪ ਜੀ ਨੇ ਉਹ ਭਰਤੀ ਬਾਰੇ ਸੀਗਾ, ਅਤੇ ਜਿਹੜੀ ਭਰਤੀ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਹੁਣ ਅਸੀਂ ਹਰ ਬੰਦੇ ਤੋਂ ਸਿੱਧਾ ਚੈੱਕ ਦੇ ਵਿੱਚ ਅਕਾਲੀ ਦਲ ਦੇ ਖਾਤੇ 'ਚ ਪੈਸੇ ਜਾਣ। ਜਿਹੜਾ ਆਪ ਜੀ ਨਹੀਂ ਗਏ ਦਾ ਮੈਂਬਰਸ਼ਿਪ ਲਾਉਂਗੇ ਜਿਹੜੀ ਸਿੱਧਾ ਚੈੱਕ ਸ਼੍ਰੋਮਣੀ ਅਕਾਲੀ ਦਲ ਦੇ ਨਾਂ 'ਤੇ। ਬਿਲਕੁਲ ਇੱਕ ਬਾਹਰ ਹੋ ਜਾਏ ਜੀ ਪੂਰੇ।